ਆਹਨੇ ਜੀ ਥੂ ਕ੍ਰਾਸ ਹੋ ਗਿਆ ਜੀ ਇੱਥੋਂ ਤੁਸੀਂ ਅੰਦਰ ਨਾ ਜਾ ਸਕਦੇ ਹੋ ਅੰਦਰ ਜਾਣਾ ਮਨਾ ਹੈ ਇੱਧਰ ਲਾਈਓ ਰਹੇ ਨੇ ਬਾਂਸ ਕਿਉਂਕਿ ਗੇਟ ਅਜਾਇਆ ਤਿਆਰ ਕੋਣੀ ਆ ਤਾਂ ਗੇਟ ਤਿਆਰ ਹੋ ਸੀ ਗੇਟ ਲੈਸ ਜੇ ਇਸ ਵਜ੍ਹਾ ਸੋ ਪਹਿਲੇ ਬਾਂਸਾਂ ਨਾਲ ਕ੍ਰਾਸ ਕਰੀ ਹੋ ਰਿਹਾ ਤਾਂ ਕੋਠੀ ਚੱਕ ਹੋ ਰਿਹਾ ਵੀਡੀਓ ਨੇ ਸਟਾਰਟ ਹੀ ਮੈਂ ਚਲੋ ਤੁਸੀਂ ਕੀ ਕੋਠੀ ਦੱਸੀ ਹੋ ਰਿਹਾ ਤਾਂ ਗੇਟ ਅਜਾ ਤੱਕ ਕੋਣੀ ਲਗਾਇਆ ਹਾਂਜੀ ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਨਾਜ਼ਰੀਨ ਉਮੀਦ ਕਰਨਾ ਜੀ ਸਾਰੇ ਭੈਣ ਭਰਾ ਬਿਲਕੁਲ ਠੀਕ ਠਾਕ ਹੋ ਸਨ ਔਰ ਅੱਲਾਹ ਪਾਕ ਨੇ ਜੋ ਅਮਾਨ ਵਿੱਚ ਹਸਨ ਇਸ ਸੈਡੂ ਮੈਂ ਜਾਣਾ ਪਿਆ ਵੀਡੀਓ ਬਣਾਉਣਾ ਤਾਂ ਉਹ ਸੈਡੂ ਮੈਂ ਕੀ ਲੱਗਣਾ ਪਿਆ ਤਾਈ ਹੋ ਰਚਨੇ ਪੇ ਵੀਡੀਓ ਬਣਾਉਣੇ ਤੇ ਮੈਂ ਇੰਟਰੋ ਮਾਰਨਾ ਪਿਆ ਉਸਦੀ ਵਜ੍ਹਾ ਇਹ ਹੈ ਕਿ ਅੱਜ ਰਾਤੀ ਹੈ ਜੀ ਪ੍ਰੋਗਰਾਮ ਬੜਾ ਹੀ ਮਜ਼ੇ ਨਾਲ ਨੀਮ ਹਜ਼ਾਰ ਵੀ ਨਾਲ ਡੜਿਆਲ ਦੇ ਅੰਦਰ ਔਰ ਲਾਸਟ ਦੋ ਦਿਹਾੜੇ ਪਹਿਲੇ ਇੱਕ ਪ੍ਰੋਗਰਾਮ ਹੋਇਆ ਸੀ ਕਸ਼ਮੀਰ ਮਾਰਕੀਟ 'ਚ ਅਤੇ ਬੜਾ ਹੀ ਯੂਕੇ ਨੇ ਪੈਸਾ ਡਾਲਿਆ ਸਾ ਤਾਂ ਮੈਂ ਆਇਆ ਅੱਜ ਮੈਂ ਵੀ ਜੁਬਲੀ ਦਾ ਕਵਰ ਕਰਸਾਂ ਆ ਅੱਜ ਤੱਕ ਨੇ ਕਿ ਯੂਕੇ ਲਈ ਕਿਆ ਕਮਾਲ ਕਰਨੇ ਸੋ ਇਸ ਵਜ੍ਹਾ ਤੋਂ ਮੈਂ ਚਲੋ ਇੰਟਰੋ ਮਾਰੀ ਹੁੰਦੇ ਹਾਂ ਅਤੇ ਤਾਈ ਹੋਰ ਰਚਨੇ ਪਏ ਦੇ ਨਾਲ ਤਾਈ ਹੋਰਾਂ ਨਾਲ ਤੁਸੀਂ ਗੱਪ ਕਰਾਉਣੇ ਕਿ ਇਹ ਕੁਦਰ ਜਾਣੇ ਪਏ ਸ਼ਾਮੀ ਨੇ ਟਾਈਮ ਕਿਉਂਕਿ ਉਹ ਪਰ ਚੱਕਰ ਹੋਇਆ ਸੂਰਜ ਓ ਹੋ ਕੋਠੀ ਦੇ ਨਾਲ ਸੂਰਜ ਕਿੰਨਾ ਖੂਬਸੂਰਤ ਵੀ ਹੋ ਨਾਇਸ ਇਹਦਾ ਮੈਂ ਹੁਣ ਤੱਕਣਾ ਪਿਆ ਹਾਂ ਵਿਊ ਤੁਸੀਂ ਤੱਕੀ ਕਹਿੰਦਾ ਇਹਦੇ ਨਾਲ ਸ਼ਾਮ ਹੋਣੀ ਸੀ ਅਤੇ ਮੈਂ ਚਲੋ ਇੰਟਰੋ ਮਾਰਨੇ ਹਾਂ ਅਤੇ ਨਾਲ ਤੁਸੀਂ ਕੀ ਵੀ ਦੱਸਣੇ ਹਾਂ ਇਹ ਜਿਹੜਾ ਬਾਂਸਾ ਨੇ ਇਹ ਆਸਾਂ ਜ਼ਰਾ ਭੁਲਾਇਆ ਸਾ ਆਪਣੇ ਹੱਥਾਂ ਨਾਲ ਦਾ ਉਹ ਪਾਰ ਤਾਰ ਬਣਨੀ ਕਹਿੰਦੀ ਹੈ ਕਿਉਂਕਿ ਉਹ ਪਾਰ ਖੰਭਾ ਹੈ ਤਾਂ ਕੁਦਰੂ ਹੁਣ ਮੈਂ ਵੀਡੀਓ ਨਾ ਮਾਰ ਸਕਣਾ ਕਿ ਨਾਲ ਫੈਮਿਲੀ ਵਿੱਚ ਨਹੀਂ ਪਈ ਹੈ ਤਾਂ ਉਧਰ ਅੱਗੇ ਖੰਭਾ ਸਕਦਾ ਇਹ ਜਿਹੜੀ ਤਾਰ ਹੈ ਨਾ ਉਧਰੋਂ ਚਲੀ ਸੀ ਅਤੇ ਵਿਚਕਾਰਾ 'ਚ ਤਾਰ ਲੰਘੀ ਗਈ ਸੀ ਫਿਰ ਅਸਾਂ ਇਹ ਜਿਹੜਾ ਬਾਂਸ ਆ ਨਾ ਇਹ ਲਾਈ ਕਹਿੰਦਾ ਤਾਂ ਹੁਣ ਜਿਹੜੀ ਹੈ ਤਾਰ ਉੱਚੀ ਹੋਈ ਗਈ ਹੈ ਕੋਈ ਟਰੈਕਟਰ ਟਰਾਲੀ ਐਸੀ ਹੈ ਨਾ ਤਾਂ ਇਸ ਤਾਰ ਹੈ ਕਿ ਨਹੀਂ ਪਹੁੰਚਣੀ ਹੈ ਤਾਰ ਉੱਚੀ ਹੈ ਥੱਲੂ ਟਰੈਕਟਰ ਟਰਾਲੀ ਕੋਈ ਚੀਜ਼ ਐਸੀ ਹੈ ਨਾ ਨਿਕਲੀ ਜਾ ਸੀ ਹੈ ਅਤੇ ਇੱਧਰ ਚੱਕ ਕਰੋ ਇਹ ਤੁਸੀਂ ਕਿ ਕਣਕਾਂ ਅਜੇ ਰੜੀਆਂ ਕੋਣੀਆਂ ਅਗਲੇ ਦਿਨ ਰੜਨੀ ਸ਼ੁਰੂ ਹੋ ਜਾ ਸਨ ਬਲੇ ਬਲੇ ਲੈਣੇ ਪਏ ਬਾੜੀਆਂ ਇਧਰੋਂ ਮੈਂ ਬਣਾਉਣਾ ਛਣਾ ਸਾਂ ਵੀਡੀਓ ਤਾਂ ਉਧਰੋਂ ਤੁਸੀਂ ਬਣਾਉਣੇ ਛਣੇ ਸੀ ਉਹ ਮੈਂ ਇਹ ਬਾਇਆ ਨਾ ਮੈਂ ਤੂੰ ਸਾਡੀ ਕਾਪੀ ਕੀਤੀ ਹੈ ਨਹੀਂ ਕਾਪੀ ਕੌਣ ਕੀਤੀ ਆ ਮਿਕੀ ਤਾਂ ਪਤਾ ਹੀ ਕੋਣੀ ਸਾਇਆ ਮੈਂ ਆਖਿਆ ਚਲੋ ਮੌਸਮ ਜ਼ੋਰ ਸੋਹਣਾ ਤੇ ਆ ਤੱਕ ਹੁਣ ਭੈਣਾ ਭਰਾ ਸਾਰੇ ਕਣਕਾਂ ਰਸ ਬਾੜੀਆਂ ਤੱਕ ਉਹਨਾਂ ਕਿਤਨੀਆਂ ਸੋਹਣੀਆਂ ਸਾਫ ਸੁਥਰੀਆਂ ਆ ਗਈਆਂ ਸਹੀ ਸਹੀ ਹੋਰ ਕੁਦਰ ਹੁਣ ਤਿਆਰੀ ਕੁਦਰ ਹੋਈ ਹੈ ਇਹ ਕੁਦਰ ਬੈਗ ਚ ਆਇਆ ਉਹਨੇ ਇਹ ਹੁਣ ਜਸਾਂ ਆਪਣੇ ਭੈਣਾ ਭਰਾਵਾਂ ਕੋਲ ਜ਼ਹਿਰ ਹੈ ਜਿਨ੍ਹਾਂ ਕੋਲ ਬੰਦਾ ਕਿੰਨਾ ਉਹਨਾਂ ਕੀ ਦੇਣਾ ਵੀ ਤਾਂ ਪੈਣਾ ਹੈ ਨਾ ਗੱਲ ਇਹ ਤਾਂ ਨਹੀਂ ਜੇ ਕਿੰਨਣੇ ਰਵੋ ਕਿੰਨਣੇ ਰਵੋ ਤਾਂ ਦੇਣੇ ਨਹੀਂ ਵਾਰੀ ਫਿਰ ਹੱਥ ਘੋਟੀ ਕਿਣੋ ਨਾ ਇਹ ਤਾਂ ਫਿਰ ਮਾੜਾ ਕਾਟ ਹੈ ਨਾ ਅੱਛਾ ਮਿਕੀ ਕੋਈ 10 ਦੇਵੇ ਤਾਂ ਮੈਂ ਉਸ ਕੀ 10 ਤਾਂ ਨਾ ਦੇਣੀ ਆ ਚਲੋ ਉਹ ਉੱਪਰ ਹੀ ਕਰੀ ਛੋੜਨੀ ਆ ਚਲੋ ਫਿਰ ਨਾ ਨਾ ਸਹੀ ਹੈ ਦੇਣਾ ਅੱਕ ਬੰਨਾ ਆ ਤੇ ਹੁਣ ਗਲਤ ਬੁਝੋ ਆ ਕੱਲ ਲੈਣਾ ਚੈਨਲ ਇਹਨਾਂ ਨਾ ਅੱਬੂ ਹੋਰਾਂ ਨੂੰ ਵਾਪਸ ਆਈ ਗਿਆ ਤਾਂ ਪਾਰਟੀ ਕੌਣ ਦੇਣੇ ਪਏ ਪਾਰਟੀ ਦੇਸਣ ਨਾ ਪਾਰਟੀ ਬੰਨੀ ਨਹੀਂ ਹੋਰ ਬੰਨੀ ਹੈ ਪਾਰਟੀ ਖਾਸ ਕਰੀ ਮਾੜੀ ਪਾਰਟੀ ਬੰਨੀ ਆ ਮੈਂ ਇਤਨਾ ਉਹ ਚੈਨਲ ਵਾਪਸ ਆਣੀ ਦਾ ਦਿੱਤਾ ਆ ਮੈਂ ਅੱਗੇ ਹੀ ਆ ਬਾਇਆ ਮੈਂ ਪਹਿਲੇ ਉਹਨਾਂ ਕੀ ਮੈਂ ਬਾਇਆ ਮੈਂ ਖਿਆ ਅੱਲਾ ਜ਼ਿੰਦਗੀ ਕਰੇ ਮੁੜਿਆ ਨਹੀਂ ਜਿਹੜੇ ਦੌੜੀ ਦੌੜੀ ਜਿਹੜੇ ਨੇ ਨਾ ਤੇ ਉਹਨਾਂ ਸਾਰਾ ਕੁਝ ਸਿਸਟਮ ਘਰ ਕਿਣੀ ਆ ਤੇ ਪਾਰਟੀ ਤਾਂ ਹੋਣੀ ਚਾਹੀਦੀ ਹੈ ਫਿਰ ਮੈਂ ਹੈ ਪਾਰਟੀ ਇਹ ਨਹੀਂ ਹੈ ਜੋ ਚਾਵਲਾਂ ਪਰ ਟਰਕਾਈ ਨਾ ਨਾ ਚਾਵਲਾਂ ਪਰ ਨਹੀਂ ਕੋਈ ਦੇਸੀ ਕੁੱਕਰ ਦਾ ਬਣਨਾ ਆ ਬਿਲਕੁਲ ਦੇਸੀ ਕੁੱਕਰ ਬਣਨਾ ਹੈ ਸਹੀ ਹੈ ਚਲੋ ਤੁਸੀਂ ਹੁਣ ਹੋਈ ਛੋਇਆ ਤਾਂ ਮੈਂ ਵੀ ਜ਼ਰਾ ਜੁਲਿਆ ਡੜਿਆਲ ਵਾਲੀ ਸਾਈਡ ਕੋਈ ਅੱਜ ਕੋਈ ਪ੍ਰੋਗਰਾਮ ਆ ਨਹੀਂ ਮਜ਼ਾਰ ਵੀ ਅਸੀਂ ਗਾਣਾ ਗਾਣੇ ਵਾਲਾ ਪ੍ਰੋਗਰਾਮ ਆ ਦਾ ਯੂਕੇ ਲਈ ਉਹਦਾ ਵੀ ਆਏ ਤਾਂ ਬੜੇ ਪੈਸੇ ਡਾਲੇ ਨੇ ਮੈਂ ਅੱਜ ਮੈਂ ਜਾਣ ਤੱਕਾਂ ਕਿ ਕਿਤਨੇ ਪੈਸੇ ਡਾਲਨੇ ਅੱਜ ਕਵਰ ਕਰ ਸਾਇਆ ਸਹੀ ਹੈ ਤੁਸੀਂ ਹੁਣ ਛੋਇਆ ਤਾਂ ਕੋਠੀ ਕੈਸੀ ਲੱਗੀ ਹੈ ਮਾਸ਼ਾਅੱਲਾ ਬਹੁਤ ਸੋਹਣੀ ਹੈ ਬਹੁਤ ਸੋਹਣੀ ਬਾਕੀ ਭੈਣ ਭਰਾ ਜੁਲੇ ਆ ਜੀ ਕਾਰ ਥੋੜ੍ਹੀ ਦੇਰ ਘਰ ਰੈਸਟ ਕਰਨੇ ਆ ਫੋਨ ਚਾਰ ਲਾਣੇ ਆ ਔਰ ਉਸ ਤੋਂ ਬਾਅਦ ਜਿਸੇ ਸ਼ਾਮ ਅਸੀਂ ਜਾਂ ਰਾਤੀ ਕਿਉਂਕਿ ਪ੍ਰੋਗਰਾਮ ਹੋਣਾ ਲੇਟ ਨਾਈਟ ਸੋ ਇਸ ਵਜ੍ਹਾ ਸੂਰ ਰੋਟੀ ਛੋਟੀ ਖਾਈ ਔਰ ਉਸ ਤੋਂ ਬਾਅਦ ਜੁਲੇ ਆ ਤੱਕਣੇ ਕਿ ਹੁਣ ਗੱਡੀ ਪਰ ਜੁਲਸਾਂ ਜਾਂ ਮੋਟਰਸਾਈਕਲ ਪਰ ਜੁਲਸਾਂ ਕਿਉਂਕਿ ਸਰਦੀ ਬੜੀ ਹੋਣੀ ਹੈ ਜ਼ਿਆਦਾ ਚਾਂਸ ਹੀ ਹੈ ਕਿ ਅਸਾਂ ਗੱਡੀ ਪਰ ਸ਼ਾਇਦ ਜੁਲ ਸਕਣਾ ਹੈ ਜੇ ਜੁਲਾਇਆ ਇਹ ਪੂਰੀ ਜਗ੍ਹਾ ਇੱਕਾ ਜੀ ਹੈ ਲੇਕਿਨ ਇਸ ਜਗ੍ਹਾ ਗ੍ਰੀਨਰੀ ਹੈ ਔਰ ਉਹ ਜਗ੍ਹਾ ਸੁੱਕੀ ਵੀ ਹੈ ਇਸ ਦੀ ਵਜ੍ਹਾ ਕਹੀ ਹੈ ਤੁਸਾਂ ਕੀ ਕੋਈ ਸਮਝ ਲੱਗੀ ਹੈ ਜਾਂ ਕੋਈ ਨਹੀਂ ਲੱਗੀ ਅਗਰ ਨਹੀਂ ਲੱਗੀ ਤਾਂ ਮੈਂ ਬਾਈ ਹੋਣਾ ਹੈ ਕਿ ਇਹ ਜਗ੍ਹਾ ਜਗ੍ਹਾ ਜਾਂ ਨਾ ਇੱਥੇ ਕੋਈ ਗੱਡੀ ਵਗੈਰਾ ਨਹੀਂ ਖਲਣੀ ਹੈ ਕੋਈ ਪਾਰਕਿੰਗ ਨਹੀਂ ਹੋਣੀ ਹੈ ਲੇਕਿਨ ਇਹਨਾਂ ਜਗ੍ਹਾ ਪਰ ਗੱਡੀ ਖਲੀ ਰਹਿਣੀ ਹੈ ਗੱਡੀਆਂ ਜਿਹੜੀਆਂ ਵੀ ਕੋਈ ਛੜੀਆਂ ਨਾ ਕੋਈ ਗਰਾਂ ਵਿੱਚ ਜਗ੍ਹਾ ਵਿੱਚ ਹੈ ਸੋ ਇਹ ਇੱਥੇ ਖਲਾਉਣੇ ਤਾਂ ਇਸ ਵਜ੍ਹਾ ਤੋਂ ਅਸਾਂ ਵੀ ਕਹਿੰਦੇ ਫਾਇਦਾ ਖਲਾਉਣੇ ਆ ਗੱਡੀ ਇਸ ਵਜ੍ਹਾ ਤੋਂ ਇਹ ਜਗ੍ਹਾ ਸੁੱਕੀ ਵੀ ਹੈ ਔਰ ਉੱਧਰ ਗ੍ਰੀਨਰੀ ਗ੍ਰੀਨਰੀ ਹੈ ਉੱਧਰ ਕੋਈ ਕੋਈ ਗੱਡੀ ਖਲਣੀ ਹੈ ਟਾਇਰ ਵਗੈਰਾ ਕੋਈ ਨਹੀਂ ਲੱਗਣੇ ਤਾਂ ਇਸ ਵਜ੍ਹਾ ਤੋਂ ਕਬਰਸਾਨਾ ਵਿੱਚ ਜਿਹੜੇ ਬੂਟੇ ਲੱਗੇ ਹੋਏ ਉਹ ਤੁਸੀਂ ਚੱਕ ਕਰਾਂਗੇ ਉਹਦਾ ਆ
ਮਾਸਟਰ ਹੋਣੇ ਇੱਥਾਂ ਨੇ ਲੱਗੇ ਵੇ ਬੂਟੇ ਜਦ ਕਰੀਬੀ ਆਏ ਇੱਧਰ ਚੱਕ ਕਰਾਇਆ ਬੂਟੇ ਇਹ ਸਾਰੇ ਬੂਟੇ ਮਾਸਟਰਾਂ ਲਾਏ ਸੀ ਪਹਿਲੇ ਵੀ ਕਿਉਂਕਿ ਇੱਥੇ ਟੇਨਾ ਰਹਿਣਾ ਔਰ ਉਸ ਤੋਂ ਬਾਅਦ ਇੱਥੇ ਹੀ ਫਿਰ ਹਰ ਸਾਲ ਮੋਲਣਾ ਰਹਿਣਾ ਨਵਾਂ ਨਵਾਂ ਮੈਂ ਦਵਾ ਮੰਗੀ ਕਿ ਆਇਆ A few moments later. ਨੇਰ ਆ ਬਈ ਗਿਆ ਜੀ ਔਰ ਚਾਹੀ ਕਹਿੰਦੀ ਮੈਂ ਜਰਸੀ ਇੱਧਰ ਤੱਕ ਹੀ ਰੋਇਆ ਮੈਂ ਬਾਈ ਕਹਿੰਦੀ ਆ ਛਾਪੜਾ ਵਿੱਚ ਔਰ ਨਾਲ ਫੋਨ ਤੋਂ ਸਾਨੂੰ ਟਾਈਮ ਦੱਸੀ ਔਰ ਕਿਆ ਹੋਇਆ ਨਾ ਪਿਆ 5:57 ਗੱਡੀ ਉਹ ਪਰ ਖਲਤੀ ਵੀ ਰਹਿਦਾ ਚਾਂਸ ਅਸਾਂ ਕਿ ਗੱਡੀ ਨੇ ਸੇ ਜੁਲਨੇ ਨੇ ਲੇਕਿਨ ਅਸਾਂ ਹੁਣ ਪਲੈਨ ਚੇਂਜ ਕਰੀ ਕਹਿੰਦਾ ਅੰਬਰ ਚੈਪਟਰ ਪਰ ਜੁਟਸਾਂ ਆ ਪਹਿਲੇ ਹੱਥ ਮੈਂ ਬਾਅਦ ਜਾ ਸਾਂ ਥੋੜ੍ਹਾ ਜਿਹਾ ਕੰਮ ਆ ਔਰ ਉਸ ਤੋਂ ਬਾਅਦ ਫਿਰ ਅਸਾਂ ਸਿੱਧੇ ਜਿਹੜੇ ਆ ਜੁਟਸਾਂ ਆ ਕਸਰੇ ਯੂਨਸ ਮੈਰਿਜ ਹਾਲ ਵਿੱਚ ਉਹ ਨੀਚੇ ਅੰਬਿਆਂ ਨੇ ਕਸਾ ਚੋਕ ਹੈ ਜਿਹੜਾ ਅਫਸਰ ਸ਼ਾਇਦ ਦਿਲਾ ਮੈਰਿਜ ਹਾਲ ਹੈ ਨਾ ਉੱਥੇ ਜੁਟਸਾਂ ਆ ਮੋਟਰਸਾਈਕਲ 'ਚ ਨਾ ਪਿਆ ਹੱਥ ਬਾਅਦ ਜੁਲਨੇ ਆ ਔਰ ਉਸ ਤੋਂ ਬਾਅਦ ਫਿਰ ਅਸਾਂ ਸਿੱਧੇ ਤੁਸਾਂ ਜੇ ਦਾ ਡਾਇਰੈਕਟ ਮਿਲਨੇ ਆ ਹੁਣ ਅਸਾਂ ਡਡਿਆਲ ਪ੍ਰੋਗਰਾਮ ਹੈ ਪਰ ਰਾਜਾ ਸਾਹਿਬ ਤੁਸਾਂ ਕਿ ਉਧਰ ਸਦਨੇ ਪਏ ਆਨੇ ਰੋਟੀ ਖਾਈ ਕਿਨੋ ਫੁੱਲ ਹੋ ਪੱਕੀ ਗੱਲ ਹੈ ਰੋਟੀ ਲਈ ਉਹਦਾ ਆਇਆ ਸੀ ਹੈ ਸੱਦਿਆ ਵੀ ਸਪੈਸ਼ਲ ਹੈ ਤੁਸਾਂ ਕਿ ਉਹਨਾਂ ਨਾ ਖਾਣੇ ਰਾਜਾ ਸਾਹਿਬ ਉਹਨਾਂ ਕਿ ਸੱਦਿਆ ਨੇ ਨਾ ਸਪੈਸ਼ਲ ਇਨਵਾਈਟਿਡ ਹੈ ਖਾਈ ਚਵਾਲ ਨਾ ਉਹ ਖਾਈ ਚਵਾਲ ਪੱਕੀ ਗੱਲ ਸਹੀ ਗੱਲ ਆਲਾ ਫਿਰ ਕਿਹੜਾ ਸਾਡਾ ਪ੍ਰੋਗਰਾਮ ਜੁੜੀ ਅੰਦਰ ਨਦੀਮ ਅਗਾ ਕਲੀ ਹਵਾ ਬਲੋਟ ਮਿਊਜ਼ਿਕ ਪ੍ਰੋਗਰਾਮ ਜੁੜੀਏ ਚਲੋ ਚਲੋ ਜੀ ਪਹੁੰਚੀ ਆਏ ਕਸਰੇ ਜੀ ਨਾ ਬਾਹਰ ਦਾ ਸ਼ਾਦੀ ਹੋਣੀ ਪਈ ਆ ਫੰਕਸ਼ਨ ਤੁਸੀਂ ਚੱਕ ਕਰੋ ਆ ਮਾਹੌਲ ਬਣਤਾ ਵਾ ਤਾਂ ਹੁਣ ਅਸਾਂ ਜੁਲੇ ਜੀ ਅੰਦਰ ਆਈ ਥਿੰਕ ਅਜੇ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ 2000 ਇਅਰਸ ਲੇਟਰ ਜੋ ਵੀ ਸ਼ਾਮਿਲ ਕੇ ਆ ਉਸਤਾਦ ਸਾਹਿਬ ਜੀ ਕੇ ਇਨ ਕੇ ਲਈ ਮੈਂ ਲਿਖ ਸੋ ਕੁਝ ਆਪੋ ਕੇ ਬਾਰੇ ਵਿੱਚ ਜ਼ਿਕਰ ਹੈ ਚੌਧਰੀ ਸਰ ਮੋਰਾ ਸ਼ੇਰ ਸਾਹਿਬ ਜੀ ਨਾਲ
Thank you.
جناب آدھی کیڑی ڈبا تکویا کیونکہ ڈڈیال موٹر سائیکل کرایا تھا دو سو دراز میں لبھی گیا پھر اصل ڈبے پر ہوں بہنے ہاں چلے ہاں کار اور امید کرسا کہ تسان کی اج پسند آیا تھی پروگرام میں بایا تھا کہ جن کے لیے کمال کر سنایا تھا بوم مول بنایا نے اج نہ پسند جی کدے ہوئے سی چاسی چنگے بھلے ڈارے نے کہ ہن اساں کی ادھر راہ لبھی جائے تے جنے کار انشاءاللہ کل تسان کی نئی ویڈیو نال ملنے دیو زیادہ تعالی سنے دے حوالے